अकाल चैनल नू सब्सक्राइब करो, नवी वीडियोस दी नोटिफिकेशन दे ले, बेल आइकन नू क्लिक करना ना भूलना। हेलो जी, वाहेगुरु जी का खालसा, वाहेगुरु जी की फतेह। जी खालसा जी, फतेह जी। जी मेरी गल सरदार बलदेव सिंह सिरसा जी ना हो रही है जी? हाँ जी, बोल रहे हैं जी। कौन बोल रहे हैं जी? तो हरप्रीत सिंह मखूरत कर रहे हैं जी। जी जी, मखूर साहब का खालसा जी, फतेह। वाहेगुरु जी का खालसा, वाहेगुरु जी की फतेह। वीर जी, चढ़दी कला। ਬਿਲਕੁਲ ਬਿਲਕੁਲ ਠੀਕ ਹੈ। ਆਪਾਂ ਮੁੱਦੇ ਦੇ ਉੱਪਰ ਆਈਏ। ਮੇਰੇ ਖਿਆਲ ਕੱਲ ਤੁਸੀਂ ਕੋਈ ਕੰਪਲੇਂਟ ਕੀਤੀ ਹੈ ਤੇ FIR ਦੇ ਬਾਰੇ ਤੁਸੀਂ ਕਿਹਾ ਵੀ ਇਹਨਾਂ ਡਾਕਟਰਸ ਦੇ ਉੱਪਰ FIR ਹੋਣੀ ਚਾਹੀਦੀ ਹੈ ਵੀ ਇਹ ਭਾਈ ਸਾਹਿਬ ਜੀ ਦੀ ਮੌਤ ਨੈਚੁਰਲ ਡੈਥ ਨਹੀਂ ਹੈ, ਉਹਨਾਂ ਦਾ ਕਤਲ ਹੋਇਆ। ਬਿਲਕੁਲ, ਇਹਦੇ ਬਾਰੇ ਤੁਸੀਂ ਕੀ ਖੁੱਲ ਕੇ ਕਹਿਣਾ ਚਾਹੁੰਦੇ ਹੋ? ਲੱਖਾਂ ਦਰਸ਼ਕ ਤੁਹਾਨੂੰ ਸੁਣ ਰਹੇ ਨੇ ਜੀ। ਦੇਖੋ ਜੀ, ਮੈਂ ਇੱਕ ਬੇਨਤੀ ਕਰਾਂ ਕਿ ਭਾਈ ਨਿਰਮਲ ਸਿੰਘ ਜੀ, ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਉਹ ਸ਼ਖਸੀਅਤ ਹੈ ਜਿਹਨਾਂ ਨੂੰ ਅੱਜ ਤੱਕ ਸਿੱਖ ਕੌਮ ਦੇ ਜਿੰਨੇ ਵੀ ਰਾਜੀ ਹੋਏ ਨੇ ਉਹਨਾਂ ਰਾਜੀਆਂ ਵਿੱਚੋਂ ਪਦਮ ਸ੍ਰੀ ਦਾ ਅਵਾਰਡ ਮਿਲਿਆ ਹੈ ਨਾ ਜੀ। ਇਹ ਕਿੰਨੀ ਕੁ ਮਹਾਨ ਸ਼ਖਸੀਅਤ ਹੈ ਇਹਦਾ ਅੰਦਾਜ਼ਾ ਜਿੱਥੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਅੰਮ੍ਰਿਤਸਰ ਦੇ ਅਧੂਰੀ ਰਾਗੀ ਨੇ ਉਹਨਾਂ ਦੇ ਨਾਲ ਕਿੱਡਾ ਵੱਡਾ ਇਹਨਾਂ ਦਾ ਰੁਤਬਾ ਹੈ ਜੀ। ਔਰ ਇਹਨਾਂ ਨੂੰ ਜਦੋਂ ਆਪਣੇ ਆਪ ਨੂੰ ਕੋਈ ਤਕਲੀਫ ਮਹਿਸੂਸ ਹੋਈ ਹੈ ਤੇ ਇਹਨਾਂ ਦੇ ਬਾਰੇ ਇੱਕ ਬੜੀ ਇਹਨਾਂ ਦੇ ਬਾਰੇ ਚਰਚਾ ਹੋ ਰਹੀ ਆ, ਉਹਨਾਂ ਨੂੰ ਬਦਨਾਮ ਕਰਕੇ NIR ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ। ਇਹ ਬਾਹਰੋਂ ਆਏ ਸਨ ਤੇ ਉਥੋਂ ਇਹ ਜਿਹੜਾ ਕੋਰੋਨਾ ਵਾਇਰਸ ਜਿਹੜਾ ਨਾਲ ਲੈ ਕੇ ਆਏ ਨੇ ਤੇ ਇੱਥੇ ਇਹਨਾਂ ਨੂੰ ਤਾਂ ਤਕਲੀਫ ਹੋਈ ਆ, ਤਾਂ ਮੌਤ ਹੋਈ ਆ। ਲੇਕਿਨ ਉਹਨਾਂ ਦੀ ਜਿਹੜੀ ਮੌਤ ਦਾ ਕਾਰਨ ਹੈ, ਮੈਂ ਕੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਜੋ ਐਪਲੀਕੇਸ਼ਨ ਦਿੱਤੀ ਆ ਉਹ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਪਰਸੋਂ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਦੀ ਮੌਤ ਤੋਂ ਬਾਅਦ, ਤੇ ਜੋ ਰਿਪੋਰਟਾਂ ਆਈਆਂ ਮੈਨੂੰ ਆਪਣੇ ਸੋਰਸਾਂ ਤੋਂ ਪਤਾ ਲੱਗਿਆ ਪਹਿਲਾਂ ਕਿ ਇਹ ਜਿਹੜਾ ਇਹਨਾਂ ਦਾ ਉੱਥੇ ਪ੍ਰੋਪਰ ਇਲਾਜ ਜਿਹੜਾ ਉਹ ਨਹੀਂ ਹੋਇਆ। ਆਪਣੇ ਬੇਟੇ ਨਾਲ ਇਹ ਗੱਲ ਕਹਿ ਰਹੇ ਵੀ ਬੇਟਾ 4 ਘੰਟੇ ਤੋਂ ਮੈਨੂੰ ਪੁੱਛਿਆ ਨਹੀਂ ਗਿਆ, ਮੈਂ ਖੁਦਕਸ਼ੀ ਕਰ ਲੈਣੀ ਹੈ, ਮੈਂ 5 ਮਿੰਟ ਦਾ ਮਹਿਮਾਨ ਆ, ਮੇਰੀ ਆਖਰੀ ਫਤਿਹ ਹੈ। ਇਹ ਸਾਰੀਆਂ ਗੱਲਾਂ ਹੋਈਆਂ ਨੇ, ਇੱਥੋਂ ਕੀ ਤੁਸੀਂ ਅੰਦਾਜ਼ਾ ਲਾ ਰਹੇ ਹੋ ਵੀ ਇਹਨਾਂ ਦੀ ਨੈਚੁਰਲ ਡੈਥ ਨਹੀਂ ਹੈ? ਦੇਖੋ, ਮੈਂ ਅੰਦਾਜ਼ਾ ਨਹੀਂ, ਮੈਂ ਕਲੀਅਰ ਆ। ਮੈਂ ਪਹਿਲਾਂ ਤੋਂ ਦਿੱਤੇ, ਪਰਸੋਂ ਐਪਲੀਕੇਸ਼ਨ ਦਿੱਤੀ ਸੀ ਆਪਣੇ ਸਿਵਲ ਸਰਜਨ ਤੋਂ ਲੈ ਕੇ ਭਾਰਤ ਦੇ ਰਾਸ਼ਟਰਪਤੀ ਤੱਕ ਜੀ, ਇਹਦੀ ਪੜਤਾਲ ਕਰਾਈ ਜਾਏ। ਤੇ ਕੱਲ ਜਦੋਂ ਮੈਂ ਕੱਲ ਰਾਤ ਉਹਨਾਂ ਦੀ ਵੀਡੀਓ ਜਦੋਂ ਵਾਇਰਲ ਹੋਈ ਆ ਤੇ ਮੈਨੂੰ ਫੋਨ ਆਏ ਨੇ ਲੋਕਾਂ ਦੇ, ਤੇ ਉਸ ਤੋਂ ਬਾਅਦ ਮੈਂ ਕੱਲ 10 ਨਾਂ ਜੇ ਜਿਹਨਾਂ ਦੇ ਮੈਂ ਤੁਹਾਨੂੰ ਨਾਂ ਦੱਸਣਾ ਚਾਹੁੰਦਾ ਜੀ, ਡਾਕਟਰ ਅਵਤਾਰ ਸਿੰਘ ਭੰਜੂ ਜੀ, ਡਾਕਟਰ ਮਨੀਸ਼ਾ, ਡਾਕਟਰ ਨਿਮਿਤ, ਡਾਕਟਰ ਪ੍ਰਾਂਜਲੀ, ਡਾਕਟਰ ਪ੍ਰਨੀਤ, ਡਾਕਟਰ ਸਹਿਲ ਅਰੋੜਾ, ਡਾਕਟਰ ਹਰਪ੍ਰੀਤ ਕੌਰ, ਇਹ 7 ਡਾਕਟਰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਨੇ। ਇਸੇ ਤਰ੍ਹਾਂ ਡਾਕਟਰ ਵਰਿੰਦਰ ਮੋਹਨ, ਡਾਕਟਰ ਅੰਬਿਕਾ, ਡਾਕਟਰ ਸਲੀਮ ਕੌਰ, ਇਹ ਤਿੰਨੋਂ ਡਾਕਟਰ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰ ਹਨ ਜੀ, ਜਿਨ੍ਹਾਂ ਦੇ ਕੋਲ ਜਦੋਂ ਭਾਈ ਸਾਹਿਬ ਨੂੰ ਉਹ ਤਕਲੀਫ ਹੋਈ ਆ ਤੇ ਉਹ 7 ਮਾਰਚ ਤੋਂ ਲੈ ਕੇ ਵਾਰੀ ਵਾਰੀ ਇਹਨਾਂ ਦੇ ਕੋਲ ਗਏ ਨੇ। ਇਹਨਾਂ ਨੇ ਆਪਣੀ ਬਣਦੀ ਡਿਊਟੀ ਨਹੀਂ ਨਿਭਾਈ, ਇਹਨਾਂ ਨੇ ਸਿਰਫ ਇੱਕ ਕਰਾਉਣਾ ਦਾ ਕਰਾਉਣਾ ਨੂੰ ਹਵਾ ਸਮਝ ਕੇ ਉਹਨਾਂ ਦੇ ਨੇੜੇ ਨਹੀਂ ਗਏ, ਉਹਨਾਂ ਦਾ ਪ੍ਰੋਪਰ ਇਲਾਜ ਨਹੀਂ ਕੀਤਾ। ਤੇ ਮੈਂ ਆਪਣੀ ਐਪਲੀਕੇਸ਼ਨ ਦੇ ਕੇ ਆਇਆ ਪੁਲਿਸ ਕਮਿਸ਼ਨਰ ਨੂੰ ਕਿ ਇਹਨਾਂ ਦੇ ਖਿਲਾਫ ਸਭ ਤੋਂ ਪਹਿਲਾਂ FIR ਦਰਜ ਕੀਤੀ ਜਾਵੇ, ਤੇ ਉਸ ਤੋਂ ਬਾਅਦ ਅਗਲੀ ਪੜਤਾਲ ਕਰਕੇ ਜਿਹੜੇ ਹੋਰ ਵੀ ਨਾਲ ਦੋਸ਼ੀ ਨੇ ਸਾਰਿਆਂ ਦੇ ਖਿਲਾਫ਼ ਪਰਚਾ ਦਰਜ ਕਰਕੇ ਉਹਨਾਂ ਨੂੰ ਜਿਹੜਾ ਕਾਨੂੰਨ ਦੇ ਕਟਹਿਰੇ ਖੜਾ ਕੀਤਾ ਜਾਵੇ। ਮੈਂ ਕਲੀਅਰ ਹਾਂ ਔਰ ਮੈਂ ਐਪਲੀਕੇਸ਼ਨ ਦਿਆ। ਤੇ ਕਮਿਸ਼ਨਰ ਆਫ ਪੁਲਿਸ ਨੇ ਕੀ ਕਿਹਾ ਜੀ ਤੁਹਾਨੂੰ, CP ਸਾਹਿਬ ਨੇ ਕੀ ਕਿਹਾ? ਦੇਖੋ ਜੀ, CP ਸਾਹਿਬ ਨਾਲ ਮੇਰੀ ਗੱਲ ਹੋਈ ਹੈ, ਉਹ ਦਫ਼ਤਰ ਚ ਤਾਂ ਮੈਨੂੰ ਮਿਲੇ ਨਹੀਂ, ਤੇ ਮੁੜਕੇ ਫਿਰ ਟੈਲੀਫੋਨ ਤੇ ਮੇਰੀ ਗੱਲ ਹੋਈ ਆ ਉਹਨਾਂ ਨੇ ਆਪ ਮੈਨੂੰ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਦਫ਼ਤਰ ਆਇਆ ਤੇ ਮੈਨੂੰ ਉਹਨਾਂ ਨੇ ਫੋਨ ਕੀਤਾ ਹੈ। ਔਰ ਮੇਰੀ ਜੋ ਉਹਨਾਂ ਨੇ ਫੋਨ ਤੇ ਮੇਰੇ ਨਾਲ ਗੱਲਬਾਤ ਹੋਈ ਆ, CP ਸਾਹਿਬ ਕਹਿਣ ਲੱਗੇ ਜੀ ਅਸੀਂ ਇਸ ਚੀਜ਼ ਦੀ ਪੜਤਾਲ ਕਰਾਂਗੇ, ਅਸੀਂ ਪਹਿਲਾਂ ਸਿੱਧੀ FIR ਨਹੀਂ ਕਰ ਸਕਦੇ, ਸਾਨੂੰ ਪਹਿਲਾਂ ਸਿਵਲ ਸਰਜਨ ਤੋਂ ਰਿਪੋਰਟ ਲੈਣੀ ਪੈਗੀ। ਹੁਣ ਸਿਵਲ ਸਰਜਨ ਜਿਹੜਾ ਰਿਪੋਰਟ ਕਿੱਥੋਂ ਦੇਵੇਗਾ? ਉਹਨਾਂ ਨੂੰ ਕੱਲ ਦੇਖੋ, ਉਹਨਾਂ ਨੂੰ ਡਾਕਟਰਸ ਜਿੰਨੇ ਵੀ ਨੇ ਉਹਨਾਂ ਨੂੰ ਕੱਲ ਕਲੀਨ ਚਿੱਟ ਮਿਲ ਚੁੱਕੀ ਹੈ। ਦੇਖੋ ਮਖੂ ਸਾਹਿਬ, ਮੈਂ ਇੱਕ ਬੇਨਤੀ ਕਰਾਂ ਕਿ ਕੱਲ ਜੋ ਮੈਨੂੰ ਵੀ ਪਤਾ ਲੱਗਾ, ਚਿੱਟ ਦਿੱਤੀ ਜਾਣੀ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਜੀ। ਦੇਖੋ, ਓਮ ਪ੍ਰਕਾਸ਼ ਸੋਨੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ
ਪ੍ਰੈਸ ਮੀਟਿੰਗ ਕਰਕੇ ਤੇ ਡਾਕਟਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਆ ਕਿ ਡਾਕਟਰਾਂ ਨੇ ਡਾਕਟਰਾਂ ਦਾ ਕੋਈ ਕਸੂਰ ਨਹੀਂ। ਉਹ ਚੋਂ ਕਹਿੰਦਾ ਹੈ ਕਿ ਉਹ ਦਿਲ ਛੱਡ ਗਿਆ ਸੀ। ਜੇ ਉਹਨੇ ਮੰਨ ਲਓ ਦਿਲ ਵੀ ਛੱਡਿਆ ਤੇ ਕਿਉਂ ਛੱਡਿਆ? ਉਹਨੂੰ ਜਦੋਂ ਕਿਸੇ ਨੇ ਉਹਦਾ ਕੋਈ ਇਲਾਜ ਨਹੀਂ ਕੀਤਾ, ਜਦੋਂ ਉਹਦੇ ਕੋਲ ਕੋਈ ਡਾਕਟਰ ਹੀ ਨਹੀਂ ਗਿਆ, ਉਹਦੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ, ਉਹ ਪੁੱਛ ਰਿਹਾ ਤੁਸੀਂ ਸੁਣ ਰਹੇ ਹੋ ਕਿ ਉਹ ਆਪਣੇ ਬੇਟੇ ਨੂੰ ਕਹਿ ਰਿਹਾ ਬੇਟਾ ਕਿੱਥੇ ਹੋ ਤੁਸੀਂ, ਮੈਨੂੰ ਮਿਲਦੇ ਕਿਉਂ ਨਹੀਂ, ਮੈਨੂੰ ਮਿਲੋ ਤਾਂ ਸਹੀ। ਜਿਹੜਾ ਆਪਣੇ ਪਰਿਵਾਰ ਨੂੰ ਮਿਲ ਤੋਂ ਤਰਸ ਰਿਹਾ, ਜਿਹਦਾ ਇਲਾਜ ਨਹੀਂ ਹੋ ਰਿਹਾ, ਉਹ ਦਿਲ ਨਹੀਂ ਛੱਡੇਗਾ ਤੇ ਕੀ ਕਰੇਗਾ? ਜਿਹੜਾ ਗੁਰੂ ਤੇ ਭਰੋਸਾ ਰੱਖਣ ਵਾਲਾ ਏਡਾ ਵੱਡਾ ਉਹ ਗੁਰੂ ਘਰ ਦਾ ਕੀਰਤਨੀਆ ਹੋਵੇ ਤੇ ਉਹ ਬੰਦਾ ਕਹੇ ਮੈਂ ਆਤਮ ਹੱਤਿਆ ਕਰ ਦੇਣੀ ਆ, ਇਹ ਸਾਡੇ ਵਾਸਤੇ ਇੱਕ ਬੜੀ ਸ਼ਰਮ ਦੀ ਗੱਲ ਆ, ਕਿਉਂਕਿ ਉਹਨੂੰ ਇਹ ਕਿਸੇ ਨੇ ਵੀ ਸਾਰਿਆਂ ਨੇ ਨਜ਼ਰਅੰਦਾਜ਼ ਕਰਤਾ। ਜੇ ਅੱਜ ਉਹਦੇ ਪਿੱਛੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਸ੍ਰੀ ਅਕਾਲ ਤਖ਼ਤ ਉੱਥੇ ਜਾ ਕੇ ਖਲੋਂਦਾ ਹਰਪ੍ਰੀਤ, ਭਈ ਮੈਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਮੈਂ ਤੇਰੇ ਪਿੱਛੇ ਖਲੋਤਾ, ਸਮੁੱਚੀ ਕੌਮ ਤੇਰੇ ਪਿੱਛੇ ਖਲੋਤੀ ਆ, ਤੇ ਭਾਈ ਸਾਹਿਬ ਉਹ ਦਿਲ ਨਾ ਛੱਡਦਾ। ਸੋ ਉਹਨੂੰ ਕੈਬਨਿਟ ਮੰਤਰੀ ਵੱਲੋਂ ਕਲੀਨ ਚਿੱਟ ਦੇਣੀ, ਮੈਂ ਡਾਕਟਰ ਮੈਂ ਇਹ ਓਮ ਪ੍ਰਕਾਸ਼ ਸੋਨੀ ਕੈਬਨਿਟ ਮੰਤਰੀ ਤੇ ਉਹਦੇ ਨਾਲ ਪਤਾ ਲੱਗਾ ਪੜਤਾਲ ਤੋਂ ਹੀ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਹੈ ਜੀ। ਦੇਖੋ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਉਹਨੂੰ ਇਹ ਪੁੱਛਣਾ ਚਾਹੁੰਦਾ ਵੀ ਤੂੰ ਉਹਦੀ ਪੜਤਾਲ ਕਿਹਦੇ ਕੋਲੋਂ ਕਰਾਈ ਆ ਜੀ? ਕਿੱਡੀ ਏਡੀ ਛੇਤੀ ਤੁਹਾਨੂੰ ਪੜਤਾਲ ਕਰਨ ਦੀ ਲੋੜ ਪੈ ਗਈ? ਤੁਸੀਂ ਕਿਵੇਂ ਰਾਤੋਂ ਰਾਤ ਉਹਦੀ ਪੜਤਾਲ ਕਰਾਤੀ ਤੇ ਡਾਕਟਰਾਂ ਨੂੰ ਕਲੀਨ ਚਿੱਟ ਦੇਤੀ ਆ? ਇਹ ਸਿਰਫ ਲੋਕਾਂ ਨੂੰ ਜਿਹੜਾ ਸੀ ਗੁੰਮਰਾਹ ਕਰਨ ਵਾਸਤੇ, ਡਾਕਟਰਾਂ ਨੂੰ ਬਚਾਉਣ ਵਾਸਤੇ। ਉਹਨਾਂ ਨੂੰ ਪਤਾ ਲੱਗ ਗਿਆ ਕਿ ਬਲਦੇਵ ਸਿੰਘ ਫਰਸਾ ਜਿਹੜਾ ਉਹਨੇ 3 ਤਰੀਕ ਨੂੰ ਵੀ ਦਰਖਾਸਤਾਂ ਦੇ ਦਿੱਤੀਆਂ ਨੇ ਤੇ ਉਹਨਾਂ ਨੂੰ ਕੱਲ ਦੀ ਰਿਪੋਰਟ ਮੇਰੀ ਮਿਲ ਚੁੱਕੀ ਸੀ CID ਵਾਲਿਆਂ ਤੋਂ ਕਿ ਬਲਦੇਵ ਸਿੰਘ ਸਰਸਾ ਕੀ ਕਰ ਰਿਹਾ, ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਬਲਦੇਵ ਸਿੰਘ ਸਰਸਾ FIR ਕਟਾਉਣ ਵਾਸਤੇ ਐਪਲੀਕੇਸ਼ਨ ਦੇ ਰਿਹਾ ਤੇ ਉਹਨਾਂ ਨੇ ਉਹਨੂੰ ਜਿਹੜਾ ਕਲੀਨ ਚਿੱਟ ਦੇਤੀ ਆ ਡਾਕਟਰਾਂ ਨੂੰ ਬਚਾਉਣ ਵਾਸਤੇ। ਪੁੱਛੋ, ਤੁਸੀਂ ਪੁੱਛੋ ਮਖੂ ਸਾਹਿਬ ਇਸ ਕੈਬਨਿਟ ਮੰਤਰੀ ਨੂੰ ਕਿ ਤੂੰ ਕਿਹਦੇ ਕੋਲੋਂ ਪੜਤਾਲ ਕਰਾਈ ਆ, ਕਿਵੇਂ ਕਲੀਨ ਚਿੱਟ ਦੇਤੀ ਆ? ਆਮ ਬੰਦਾ ਕੋਈ ਜਾ ਕੇ ਸ਼ਿਕਾਇਤ ਕਰਦਾ ਤੇ ਉਹਦੀ ਕਹਿੰਦੇ ਜੀ ਅਸੀਂ ਪੜਤਾਲ ਚੱਲ ਰਹੀ ਆ ਜੀ, ਉਹਦੀਆਂ ਤੇ 3-3 ਮਹੀਨੇ 6-6 ਮਹੀਨੇ ਪੜਤਾਲਾਂ ਚੱਲਦੀਆਂ ਰਹਿੰਦੀਆਂ ਨੇ ਜੀ। ਇਹਨਾਂ ਨੂੰ ਪੜਤਾਲ ਕਿਵੇਂ, ਇਹਨਾਂ ਨੂੰ ਕਲੀਨ ਚਿੱਟ ਕਿਵੇਂ ਦੇਤੀ ਯਾਰ ਜੀ? ਸੋ ਇਸ ਕਰਕੇ ਤੁਹਾਨੂੰ ਲੱਗਦਾ ਪਿਆ ਵੀ ਬਿਲਕੁਲ ਇਹ ਦੋਸ਼ੀ ਨੇ ਡਾਕਟਰ? ਦੇਖੋ ਦੋ ਚੀਜ਼ਾਂ ਨੇ, ਲੋਕ ਸਿਰਫ ਵੇਰਕੇ ਦੀ ਹੀ ਗੱਲ ਲੈ ਕੇ ਹਾਈਲਾਈਟ ਕੀਤੀ ਜਾ ਰਹੀ ਹੈ, ਪਰ ਮੈਂ ਕਹਿੰਦਾ ਵੀ ਵੇਰਕਾ ਵੇਲੇ ਜਦੋਂ ਭਾਈ ਸਾਹਿਬ ਜੀ ਦਾ ਸਰੀਰ ਪਹੁੰਚਿਆ ਤੇ ਉਦੋਂ ਡੈਡ ਬਾਡੀ ਸੀ ਉਹ, ਪਰ ਜਦੋਂ ਸਰੀਰਕ ਰੂਪ ਦੇ ਅੰਦਰ ਸੀ ਭਾਈ ਸਾਹਿਬ, ਉਸ ਵੇਲੇ ਉਹਨਾਂ ਦਾ ਇਲਾਜ ਨਾ ਕਰਨਾ ਬਹੁਤ ਵੱਡਾ ਗੁਨਾਹ ਮੰਨਿਆ ਜਾਏਗਾ ਡਾਕਟਰ ਦੇ ਲਈ। ਕੋਈ ਡਾਕਟਰ ਦੇ ਲਈ ਕਾਨੂੰਨ ਹੁੰਦਾ ਵੀ ਜੇ ਪੇਸ਼ੈਂਟ ਨੂੰ ਚੰਗੀ ਤਰ੍ਹਾਂ ਅਟੈਂਡ ਨਹੀਂ ਕੀਤਾ ਜਾਂਦਾ ਤੇ ਉਹਨਾਂ ਦੇ ਉੱਪਰ ਆਹ ਧਾਰਾ ਲਾਗੂ ਹੁੰਦੀ ਹੈ ਜੀ? ਦੇਖੋ ਮੈਂ ਇੱਕ ਬੇਨਤੀ ਕਰਾਂ, ਖਬਰਾਂ ਆ ਰਹੀਆਂ ਨੇ ਕਿ ਹਰਿਆਣੇ ਦੇ ਵਿੱਚ 5 ਸਰਪੰਚ ਜਿਹੜੇ ਨੇ ਉਹ ਸਸਪੈਂਡ ਕੀਤੇ ਗਏ ਨੇ, ਇੱਥੇ ਵੀ ਕਈ ਬੰਦਿਆਂ ਨੂੰ। ਹੁਣ ਜਦੋਂ ਉਹ ਕਿਹੜੇ ਵੱਲੋਂ ਕੀਤੇ ਗਏ, ਉਹ ਸਿਰਫ ਇਸ ਕਰਕੇ ਕੀਤੇ ਗਏ ਕਿ ਜਿਹੜੇ ਬਾਹਰੋਂ ਲੋਕ ਤੁਹਾਡੇ ਪਿੰਡ 'ਚ ਆਏ ਨੇ, ਤੁਸੀਂ ਉਹਨਾਂ ਬਾਰੇ NRI ਜਿਹੜੇ ਲੋਕ ਆਏ ਨੇ ਉਹਨਾਂ ਬਾਰੇ ਰਿਪੋਰਟ ਕਿਉਂ ਨਹੀਂ ਕੀਤੀ? ਇਸ ਕਰਕੇ ਕੀਤੇ ਗਏ ਆਮ ਤੌਰ ਤੇ। ਹੁਣ ਤੁਸੀਂ ਫੋਨ ਕਿਸੇ ਨੂੰ, ਤੁਸੀਂ ਮੈਨੂੰ ਫੋਨ ਕਰੋ, ਮੈਂ ਤੁਹਾਨੂੰ ਕਰਾਂ, ਤੇ ਸਭ ਤੋਂ ਪਹਿਲਾਂ ਫੋਨ ਦੇ ਉੱਤੇ ਜੋ ਮੈਸੇਜ ਚੱਲ ਰਿਹਾ ਉਹ ਹੈ ਕਿ ਤੁਹਾਨੂੰ ਕੋਰੋਨਾ ਵਾਇਰਸ ਜਿਹੜਾ ਉੱਥੋਂ ਤੁਸੀਂ ਸਾਵਧਾਨੀ ਨਾਲ ਬਚ ਸਕਦੇ ਹੋ। ਜੇ ਤੁਹਾਨੂੰ ਕੋਈ ਸ਼ੱਕ ਲੱਗੇ ਤੇ ਤੁਸੀਂ ਨੇੜੇ ਦੇ ਡਾਕਟਰ ਕੋਲ ਜਾਓ, ਉੱਥੇ ਆਪਣਾ ਚੈੱਕਅਪ ਕਰਾਓ। ਹੁਣ ਭਾਈ ਨਿਰਮਲ ਸਿੰਘ ਜੀ ਖੁਦ ਚੱਲ ਕੇ 7 ਮਾਰਚ ਤੋਂ ਉਹਨਾਂ ਦੇ ਚਾਚਾ ਜੀ ਤੇ ਚਾਚੀ ਜੀ ਬਾਹਰੋਂ ਆਏ ਨੇ, ਉਹਨਾਂ ਨੂੰ ਨਾਲ ਲੈ ਕੇ ਉਹ ਗੁਰੂ ਨਾਨਕ ਹਸਪਤਾਲ ਸਭ ਤੋਂ ਪਹਿਲਾਂ ਗਏ ਨੇ ਔਰ ਉਹਨਾਂ ਨੂੰ ਉੱਥੇ ਨਾ ਗਏ ਤੇ ਆਪਣੇ ਵਾਸਤੇ ਵੀ ਉਹਨਾਂ ਗੱਲ ਕੀਤੀ ਆ। ਔਰ 7 ਮਾਰਚ ਤੋਂ ਲੈ ਕੇ ਲਗਾਤਾਰ ਉਹ ਹਸਪਤਾਲਾਂ ਦੇ ਚੱਕਰ ਕੱਟ ਰਹੇ ਨੇ, ਕਦੀ ਗੁਰੂ ਨਾਨਕ ਸ੍ਰੀ ਗੁਰੂ ਨਾਨਕ ਹਸਪਤਾਲ ਗਏ ਨੇ, ਕਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਗਏ ਨੇ, ਕਦੀ ਸਿਵਲ ਹਸਪਤਾਲ ਗਏ ਨੇ, ਤੇ ਉਹਨਾਂ ਨੂੰ ਜਾਣ ਦੇ ਬਾਵਜੂਦ ਉਹਨਾਂ ਦਾ ਪ੍ਰੋਪਰ ਇਲਾਜ ਨਹੀਂ ਹੋਇਆ ਜੀ। ਤੇ ਤੁਸੀਂ ਮੈਨੂੰ ਇਹ ਦੱਸੋ, ਜੇ ਕੋਈ ਆਪਣੇ ਆਪ ਜਾਏਗਾ ਜਾਂ ਜਿਹਨੂੰ ਪੁਲਿਸ ਵਾਲੇ ਫੜ ਕੇ ਲਿਜਾ ਰਹੇ ਨੇ, ਤੇ ਤੂੰ ਦੱਸ ਕਿਉਂ ਨਹੀਂ ਰਿਹਾ? ਜਾਂ ਜਿਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ, ਤੇ ਤੁਸੀਂ NRI ਬਾਰੇ ਦੱਸ ਕਿਉਂ ਨਹੀਂ ਰਹੇ? ਉਹਨਾਂ ਲੋਕਾਂ ਨੂੰ ਤੇ ਇਹ ਪਰਚੇ ਕਰ ਰਹੇ ਨੇ, ਸਸਪੈਂਡ ਕਰ ਰਹੇ ਨੇ, ਧਮਕੀਆਂ ਦੇ ਰਹੇ ਨੇ। ਹੁਣ ਉਹਨਾਂ ਨੂੰ ਅੱਛਾ ਇੱਕ ਗੱਲ ਮੈਂ ਹੋਰ ਕਰਾਂ, ਮੈਂ ਪੁਲਿਸ ਵਾਲਿਆਂ ਦੀ ਮਦਦ ਨਹੀਂ ਕਰਦਾ। ਆਹ ਪਿਛਲੇ ਸਮੇਂ ਤੋਂ ਇੱਕ ਲੱਗਿਆ ਕਰਫਿਊ ਲੱਗਿਆ ਜੀ, ਤੇ ਕੁਝ ਪੁਲਿਸ ਵਾਲਿਆਂ ਨੇ ਸਖਤੀ ਵਰਤਦਿਆਂ ਹੋਇਆ
ਕੁਝ ਲੋਕਾਂ ਨੂੰ ਡੰਡੇ ਮਾਰੇ, ਉੱਥੇ ਸਾਰੇ ਲੋਕਾਂ ਨੇ ਆਵਾਜ਼ ਉਠਾਈ ਤੇ ਇਹ ਪੁਲਿਸ ਜਿਹੜੀ ਆ ਗਲਤ ਕਰ ਰਹੀ ਆ। ਮੈਂ ਵੀ ਉਸ ਸੰਬੰਧ ਵਿੱਚ ਬੋਲਿਆ ਸੀ ਕਿ ਪੁਲਿਸ ਨੂੰ ਡੰਡੇ ਨਹੀਂ ਮਾਰਨੇ ਚਾਹੀਦੇ। ਉਸ ਟਾਈਮ ਤੇ ਪੁਲਿਸ ਸੀਨੀਅਰ ਪੁਲਿਸ ਅਫਸਰਾਂ ਨੇ ਜਿਹਨਾਂ ਪੁਲਿਸ ਵਾਲਿਆਂ ਨੇ ਡੰਡੇ ਮਾਰੇ ਸੀ ਉਹਨਾਂ ਨੂੰ ਸਸਪੈਂਡ ਤੱਕ ਕਰ ਦਿੱਤਾ, ਲੈਣ ਹਾਜ਼ਰ ਵੀ ਹੋਏ ਆ, ਹੋ ਗਏ ਨਾ ਲੈਣ ਹਾਜ਼ਰ ਹੋ ਗਏ, ਸਸਪੈਂਡ ਕਰਤੇ। ਤੇ ਮੈਨੂੰ ਇਹ ਦੱਸੋ ਜਿਹਨਾਂ ਡਾਕਟਰਾਂ ਦੇ ਕਾਰਨ ਏਡੀ ਵੱਡੀ ਮਹਾਨ ਸ਼ਖਸੀਅਤ ਦੀ ਮੌਤ ਹੋ ਗਈ ਆ, ਉਹਨਾਂ ਤੇ ਪੰਜਾਬ ਦੇ ਸੀਐਮ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਵੀ ਆਇਆ ਕਿ ਜਿਹੜੇ ਪ੍ਰਾਈਵੇਟ ਹਸਪੀਟਲ ਓਪੀਡੀ ਬੰਦ ਕਰਕੇ ਇਹਨਾਂ ਦਿਨਾਂ ਵਿੱਚ ਘਰਾਂ ਚ ਬੈਠ ਗਏ ਨੇ, ਕਹਿੰਦੇ ਸੀ ਉਹਨਾਂ ਦੇ ਕੈਂਸਲ ਸਾਰੇ ਜਿਹੜੇ ਲਾਇਸੈਂਸ ਕੈਂਸਲ ਕਰ ਦਿਆਂਗੇ, ਰੱਦ ਕਰ ਦਿਆਂਗੇ, ਕਿਉਂਕਿ ਇਹ ਸਮਾਂ ਹੁੰਦਾ ਬਿਮਾਰੀ ਦਾ ਟਾਕਰਾ ਕਰਨ ਦਾ, ਨਾ ਕਿ ਬਿਮਾਰੀ ਤੋਂ ਭੱਜਣ ਦਾ। ਤੇ ਜੇ ਡਾਕਟਰ ਉਸ ਦਿਨ ਭਾਈ ਸਾਹਿਬ ਦਾ ਇਲਾਜ ਕਰਦੇ ਹੋਏ ਕਿਤੇ ਨਾ ਕਿਤੇ ਭੱਜਦੇ ਨਜ਼ਰ ਆਏ ਨੇ, ਤੇ ਮੇਰੇ ਖਿਆਲ ਦੇ ਵਿੱਚ ਸੀਐਮ ਸਾਹਿਬ ਨੂੰ ਵੀ ਆਪਣੇ ਬਿਆਨ ਦੇ ਉੱਪਰ ਖਰੇ ਉਤਰਦੇ ਹੋਏ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜੀ। ਬਿਲਕੁਲ ਕਰਨੀ ਚਾਹੀਦੀ ਆ, ਪਰ ਦੁੱਖ ਦੀ ਗੱਲ ਆ ਤੇ ਕੈਬਨਿਟ ਮੰਤਰੀ ਤੇ ਸੀਐਮ ਤੇ ਖੁਦ ਡਾਕਟਰਾਂ ਨੂੰ ਕਲੀਨ ਚਿੱਟ ਦੇ ਰਹੇ ਨੇ, ਕਿਹਦੇ ਤੋਂ ਆਸ ਰੱਖੋਗੇ ਜੀ? ਇਹ ਹੋਣੀ ਚਾਹੀਦੀ ਆ। ਮੈਂ ਇੱਕੋ ਗੱਲ ਕਹਾਂਗਾ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਇਲੈਕਸ਼ਨਾਂ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਸੀ ਉਹ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਵਾਸਤੇ ਨਸ਼ੇ ਦਲ ਦੇ ਗੁਟਕੇ ਤੇ ਹੱਥ ਰੱਖੇ ਸੀ, ਗੁਰਬਾਣੀ ਦੀਆਂ ਸੋਹਣਾ ਖਾਧੀਆਂ ਸੀ। ਜੇ ਉਹ ਕੰਮ ਨਹੀਂ ਕਰ ਸਕਿਆ ਨਾ ਤੇ ਇੱਥੇ ਇਹ ਕੰਮ ਕਰ ਦੇਵੇ ਵੀ ਸਭ ਤੋਂ ਪਹਿਲਾਂ ਡਾਕਟਰਾਂ ਦੇ ਖਿਲਾਫ਼ ਜਿਹੜਾ ਪਰਚਾ ਕਰਦੇ ਤੇ ਅਸੀਂ ਇਹ ਸਮਝਾਂਗੇ ਵੀ ਉਹ ਬਿਆਨ ਸਹੀ ਦੇ ਰਿਹਾ ਤੇ ਨਹੀਂ ਤਾਂ ਇੱਕ ਫਾਰਮੈਲਿਟੀ ਹੈ। ਸਰਦਾਰ ਨਿਰਮਲ ਸਿੰਘ ਜੀ ਦਾ, ਭਾਈ ਨਿਰਮਲ ਸਿੰਘ ਜੀ ਦਾ, ਪਦਮ ਸ਼੍ਰੀ ਨਿਰਮਲ ਸਿੰਘ ਜੀ ਦਾ, ਹਜ਼ੂਰੀ ਰਾਗੀ ਨਿਰਮਲ ਸਿੰਘ ਜੀ ਦਾ, ਬਈ ਕਤਲ ਹੋਇਆ ਆ, ਨਾ ਕਿ ਉਹਨਾਂ ਦੀ ਨਾਰਮਲ ਡੈਥ ਹੋਈ ਹੈ? ਪਹਿਲਾਂ ਤਾਂ ਵੇਖੋ ਕਤਲ ਹੋਇਆ ਜੀ। ਮੈਂ ਇਹ ਗੱਲ ਕਰਾਂਗਾ ਮਖੂ ਸਾਹਿਬ ਤੁਹਾਡੇ ਰਾਹੀਂ, ਮੈਂ ਸਮੁੱਚੇ ਸੰਸਾਰ ਨੂੰ ਇੱਕ ਸੁਚੇਤ ਕਰਨਾ ਚਾਹੁੰਦਾ, ਸਮੁੱਚੀਆਂ ਜਿਹੜੀਆਂ ਐਨ ਜੀ ਓ ਬਣੀਆਂ ਨੇ ਜਿਹੜੀ ਮਨੁੱਖਤਾ ਦੀ ਗੱਲ ਕਰਦੀਆਂ ਨੇ ਤੇ ਖਾਸ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਨੂੰ, ਜਿਹਨਾਂ ਜਿਸ ਗੁਰੂ ਨਾਨਕ ਪਾਤਸ਼ਾਹ ਨੇ ਉਸ ਟਾਈਮ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ ਜਦੋਂ ਕੋਈ ਸਾਹ ਨਹੀਂ ਸੀ ਲੈ ਸਕਦਾ। ਅੱਜ ਸਾਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਕਿ ਜੇ ਇਹਨਾਂ ਡਾਕਟਰਾਂ ਦੇ ਖਿਲਾਫ਼ ਪਰਚਾ ਹੋ ਜਾਏ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੇਸਹਾਰਾ ਲੋਕ ਨੇ ਜਿਹਨਾਂ ਦੀ ਕਿਤੇ ਪੁੱਜੇ ਇਹਦੀ ਪੁੱਛਗਿੱਛ ਨਹੀਂ ਹੋਈ, ਇਹਦਾ ਇਲਾਜ ਨਹੀਂ ਹੋਇਆ ਤੇ ਆਮ ਲੋਕਾਂ ਦਾ ਇਲਾਜ ਉੱਥੇ ਕਿੱਥੇ ਹੋਣਾ ਹੈ? ਉਹਨਾਂ ਦਾ ਇਲਾਜ ਹੀ ਹੋ ਜਾਏਗਾ ਆਮ ਮੌਤਾਂ ਤੋਂ, ਅਸੀਂ ਜਿਹੜਾ ਉਹਨਾਂ ਲੋਕਾਂ ਨੂੰ ਬਚਾ ਸਕਦੇ ਹਾਂ। ਸਾਰੇ ਉੱਥੇ ਰਲ ਕੇ ਜਿਹੜਾ ਇਹਨਾਂ ਨੂੰ ਪਰਚਾ, ਸਭ ਤੋਂ ਪਹਿਲਾਂ ਪਰਚਾ ਕਰਾਓ ਜੀ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀਆਂ, ਤੁਸੀਂ ਆਪਣੀ ਆਵਾਜ਼ ਲੱਖਾਂ ਲੋਕਾਂ ਦੇ ਅੱਗੇ ਰੱਖੀ ਹੈ ਜੀ, ਮਿਹਰਬਾਨੀਆਂ ਜੀ, ਬੜੀ ਜਲਦੀ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਆ ਜੀ, ਜਿਹੜਾ ਤੁਸੀਂ ਸਾਰੇ ਦੁੱਖ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ। ਮਿਹਰਬਾਨੀ ਜੀ, ਮਿਹਰਬਾਨੀ। ਇੱਕੋ ਗੱਲ ਹੈ ਕਿ ਇਹ ਜਿਹੜਾ ਪਦਮ ਸ਼੍ਰੀ ਵੀ ਇੱਕੋ ਇੱਕ ਸਿੱਖ ਹੈ ਜਿਹਨੂੰ ਇਹ ਮਿਲਿਆ ਤੇ ਉਹਦੀ ਹਾਲਤ, ਉਹਦੀ ਡੈਡ ਬੋਡੀ ਵੀ ਰੋਲਦੀ ਰਹੀ ਜੀ। ਓਹੋ, ਕਿਤੇ ਜਲਦ ਦੀ ਗੱਲ ਹੈ। ਇਸ ਮੁੱਦੇ ਨੂੰ ਅੱਗੇ ਲੈ ਕੇ ਜਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।